ਜਿਹੜੇ ਆਪ ਜੀ ਵੱਲੋਂ ਆਏ ਸਵਾਲ ਨੇ ਉਹਨਾਂ ਵੱਲ ਚੱਲਦੇ ਹਾਂ ਜੀ। ਵੱਖ ਵੱਖ ਵਿਸ਼ਿਆਂ ਦੇ ਸਵਾਲ ਨੇ ਤੋ ਇੱਕ ਸਵਾਲ ਜਿਹੜਾ ਪਹਿਲਾਂ ਆਪਾਂ ਲੈਣ ਲੱਗੇ ਹਾਂ ਇਹ ਸਾ ਗੁਰਦਿਆਲ ਸਿੰਘ ਨੇ ਬਰੈਂਪਟਨ ਕੈਨੇਡਾ ਤੋਂ। ਉਹਨਾਂ ਨੇ ਇਹ ਸਵਾਲ ਕੀਤਾ ਹੈ ਕਿ ਗੁਰਬਾਣੀ 'ਚ ਆਉਂਦਾ ਜਿਸ ਤਰ੍ਹਾਂ ਵੀ ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਇਹ ਸਾਡਾ ਸਰੀਰ ਹੈ, ਤੇ ਉਹਦੇ 'ਚੋਂ ਕਹਿੰਦੇ ਨੇ ਅੱਗ ਪਾਣੀ ਮਿੱਟੀ ਹਵਾ, ਜਿਹੜਾ ਪੰਜਵਾਂ ਤੱਤ ਆਕਾਸ਼ ਹੈ, ਇਹ ਕਹਿੰਦੇ ਵੀ ਇਹ ਆਕਾਸ਼ ਜਿਹੜਾ ਹੈ ਇਹਦਾ ਇਹ ਤੱਤ ਕੀ ਹੋਇਆ ਜਾਂ ਕੀ ਅਸਥਾਨ ਹੈ, ਇਹ ਉਹਨਾਂ ਦਾ ਸਵਾਲ ਹੈ। ਅਤੇ ਇਹਦੇ ਲਈ ਮੈਂ ਬੇਨਤੀ ਕਰਨ ਲੱਗਾ ਸਤਿ ਜਸਵਿੰਦਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਦੱਸੋ ਵੀ ਜਿਹੜੇ ਪੰਜ ਤੱਤ ਨੇ, ਚਾਰ ਤੱਤ ਤਾਂ ਸਮਝ ਆਮ ਆ ਜਾਂਦੇ ਨੇ, ਪਾਣੀ ਮਿੱਟੀ ਹਵਾ ਅਤੇ ਅੱਗ, ਪਰ ਆਕਾਸ਼ ਜਿਹੜਾ ਹੈ ਇਹ ਥੋੜ੍ਹਾ ਕਨਫਿਊਜ਼ਿੰਗ ਲੱਗਦਾ ਹੈ। ਅੱਗੇ ਵੀ ਇਸ ਤਰ੍ਹਾਂ ਦੇ ਕਈ ਵਾਰੀ ਗੱਲਬਾਤ ਚੱਲਦੀ ਹੈ, ਤੋ ਗੁਰਦਿਆਲ ਸਿੰਘ ਦਾ ਸਵਾਲ ਆਇਆ, ਆਪ ਜੀ ਕਿਰਪਾ ਕਰਕੇ ਥੋੜ੍ਹਾ ਸਾਨੂੰ ਇਹਦੇ ਬਾਰੇ ਚਾਨਣਾ ਪਾਓ। ਸਰਦਾਰ ਗੁਰਦਿਆਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋ ਸਵਾਲ ਕੀਤਾ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ, ਅਤੇ ਸਾਨੂੰ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਸਰੀਰ ਦਾ ਔਰ ਸੰਸਾਰ ਦਾ ਆਰੰਭ ਹੈ ਉਹ ਕਿਵੇਂ ਹੋਇਆ ਹੈ। ਤੋ ਜਦੋਂ ਅਸੀਂ ਇਸਨੂੰ ਥੋੜ੍ਹਾ ਡਿਟੇਲ ਨਾਲ ਗੁਰਬਾਣੀ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡੇ ਸਾਰੇ ਸਵਾਲ ਅਤੇ ਸਵਾਲਾਂ ਦੇ ਜਵਾਬ ਸਾਰੇ ਜਿਹੜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਮਿਲਦੇ ਹਨ, ਜਾਂ ਜਿਹੜੇ ਉਸ ਵੇਲੇ ਦੇ ਗੁਰਸਿੱਖ ਹੋਏ ਹਨ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਨੇ ਜੋ ਰਚਨਾਵਾਂ ਕੀਤੀਆਂ ਹਨ, ਜਾਂ ਇਤਿਹਾਸਕ ਹਵਾਲਿਆਂ ਤੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਸਾਨੂੰ ਇਹਦਾ ਕੀ ਜਵਾਬ ਮਿਲਦਾ ਹੈ। ਤੋ ਸਭ ਤੋਂ ਪਹਿਲਾਂ ਤਾਂ ਅਸੀਂ ਜਾਣੀਏ ਕਿ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਜਿਆ, ਔਰ ਉਸ ਸਾਜਣ ਤੋਂ ਪਹਿਲਾਂ ਜੋ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਕਿ ਅਰਬਦ ਨਰਬਦ ਧੁੰਦੂਕਾਰਾ ਮਾਰੂ ਮਹਿਲਾ ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 1035 ਦੇ ਉੱਪਰ ਦਰਜ ਹੈ, ਤਰਨਾ ਗਗਨਾ ਹੁਕਮ ਅਪਾਰਾ। ਤੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੁਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ, ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ। ਅਰਬਦ ਦਾ ਮਤਲਬ 10 ਕਰੋੜ ਸਾਲ, ਤੇ ਜਦੋਂ ਅਰਬਦ ਤੋਂ ਬਾਅਦ ਨਾ ਅਰਬਦ ਨਰਬਦ ਕਿਹਾ ਜਾਂਦਾ ਤਾਂ ਇਹ ਕਿਹਾ ਜਾਂਦਾ ਵੀ ਇਹ ਵੀ ਲਫ਼ਜ਼ ਜਿਹੜੇ ਹਨ ਉਹ ਅਪੂਰਨ ਹਨ, ਇਹ ਇੰਨੇ ਸਾਲ ਨਹੀਂ ਹੋ ਸਕਦੇ, ਇਸ ਤੋਂ ਕਿਤੇ ਜ਼ਿਆਦਾ ਜਿਹੜੇ ਹਨ। ਔਰ ਗੁਰਬਾਣੀ ਦੇ ਵਿੱਚ 36 ਯੁਗ ਗੁਬਾਰ ਦੀ ਵੀ ਗੱਲ ਕਹੀ ਹੈ ਕਿ ਧੁੰਦੂਕਾਰਾ ਔਰ ਗੁਬਾਰ ਇੱਕੋ ਗੱਲ ਹੈ। ਉਸ ਵਕਤ ਨਾ ਇਸ ਧਰਤੀ ਸੀ ਤੇ ਨਾ ਹੀ ਆਕਾਸ਼ ਸੀ, ਲੇਕਿਨ ਉਹ ਪ੍ਰਭੂ ਦਾ ਹੁਕਮ ਜਿਹੜਾ ਹੈ ਉਹ ਵਰਤ ਰਿਹਾ ਸੀਗਾ ਸੰਸਾਰ ਦੇ ਅੰਦਰ। ਸੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੇ ਧਰਤੀ ਨਹੀਂ ਹੈ, ਆਕਾਸ਼ ਨਹੀਂ ਹੈ, ਤੇ ਨਾ ਦਿਨ ਸੀ, ਨਾ ਰਾਤ ਸੀ, ਤੇ ਨਾ ਚੰਦ ਸੀ, ਨਾ ਸੂਰਜ ਸੀ, ਕੇਵਲ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਆਪਣੀ ਸੁਨ ਅਵਸਥਾ ਦੇ ਵਿੱਚ, ਜਿਸ ਅਵਸਥਾ ਵਿੱਚ ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ, ਨਾ ਪੈਦਾਸ਼ ਕਰਨ ਦੇ ਖਾਣੀਆਂ ਦਾ ਤਰੀਕੇ ਸਨ, ਨਾ ਬਾਣੀਆਂ ਬੋਲਣ ਦਾ ਤਰੀਕੇ ਸਨ, ਬਣਾਵਟ ਸੀ ਕਿਸੇ ਤਰ੍ਹਾਂ ਦੀ ਸੰਸਾਰ ਦੀ, ਔਰ ਨਾ ਪੌਣ ਸੀ ਤੇ ਨਾ ਪਾਣੀ ਸੀ। ਓਪਤ ਖੋਪਤ ਅਵ ਅਵਨ ਆਵਨ ਜਾਣੀਆਂ, ਪੈਦਾਇਸ਼ ਔਰ ਖਪਤ ਦੇ ਜੰਮਣ ਮਰਨ ਦਾ ਵੀ ਇੱਥੇ ਕੋਈ ਸਿਲਸਿਲਾ ਨਹੀਂ ਸੀ, ਨਾ ਖੰਡ ਸਨ ਧਰਤੀ ਦੇ, 9 ਖੰਡ ਸਨ, ਨਾ ਪਤਾਲ ਸੀ, ਤੇ ਨਾ ਹੀ ਕੋਈ ਸਾਗਰ ਔਰ ਨਾ ਹੀ ਨਦੀਆਂ ਦੇ ਜਿਹੜੇ ਹਨ ਪਾਣੀ ਵਗਦੇ ਸਨ। ਤੋ ਇੱਥੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਸ ਸਾਰੀ ਸ੍ਰਿਸ਼ਟੀ ਦੇ ਜਿਹੜੇ ਰਚਨਹਾਰ ਹਨ ਔਰ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ। ਤੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਫਿਰ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਕਿਹਨਾਂ ਤੱਤਾਂ ਨਾਲ ਕਿਸ ਤਰੀਕੇ ਨਾਲ ਹੋਈ। ਤੋ ਇਸ ਤੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਨੁੱਖ ਦੇ ਸਰੀਰ ਪੰਜ ਤੱਤਾਂ ਪਾਣੀ ਅਗਨੀ ਮਿੱਟੀ ਹਵਾ ਤੇ ਆਕਾਸ਼ ਦਾ ਬਣਿਆ ਹੋਇਆ ਹੈ। ਇਹ ਗਿਆਨੀ ਦਿੱਤ ਸਿੰਘ ਜੀ ਨੇ ਜਿਹੜੀ ਬਹਿਸ ਸਵਾਮੀ ਦਯਾਨੰਦ ਜੀ ਦੇ ਨਾਲ ਕੀਤੀ ਹੈ ਔਰ ਜਿਸ ਨੂੰ ਸਿੱਖ ਮਿਸ਼ਨਰੀ ਕਾਲਜ ਨੇ ਛਾਪਿਆ ਹੈ ਔਰ ਸਾਰੇ ਜਗਤ ਵਿੱਚ ਇਹ ਵਾਰਤਾ ਪ੍ਰਸਿੱਧ ਹੈ ਕਿ ਕਿੰਨੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਸਨ ਜਿਹਨਾਂ ਨੂੰ ਕਿ ਅਸੀਂ ਪੰਥ ਰਤਨ ਵੀ ਕਹਿੰਦੇ ਹਾਂ। ਉਹਨਾਂ ਦੀਆਂ ਬੇਅੰਤ ਰਚਨਾਵਾਂ ਮਿਲਦੀਆਂ ਹਨ ਜਿਹਦੇ ਅੰਦਰ ਜਿਹੜਾ ਹੈ ਬਹੁਤ ਡੂੰਘਾ ਅਧਿਐਨ ਸਾਨੂੰ ਮਿਲਦਾ ਹੈ। ਤੋ ਉਹਨਾਂ ਦੇ ਵਿੱਚ ਵੀ ਜਦੋਂ ਬਹਿਸ ਦੀ ਅਸੀਂ ਵਿਚਾਰ ਕਰਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਨੁੱਖ ਦੇ ਸਰੀਰ
पांच तत्तां पानी अग्नि मिट्टी हवा ते आकाश दा बनया होया है। हर एक तत् उस दी वरतों अनुसार गुणा जां उस दे दोष प्रगट करदा है। ए हन पानी तो रस, अग्नि तो रूप, मिट्टी तो गंध, हवा तो स्पर्श छो अते आकाश तो शब्द। सो ए पांजा जड़े तत् हन, इन्हां दे जड़े हन गुण सानू पता लगते हैं। इहो इहो जिहड़े गुण हन इह जिहड़ियां होर पशु जां पंछी हन उन्हां अंदर भी इह मिलदे हन। ते इह बेसिक एलीमेंट्स, फाइव एलीमेंट्स जिहनूं असीं कहिंदे आ, उह फाइव एलीमेंट्स हन। सो उस बहस दौरान वी जो विचों विचार निकलदा कि इह संसार दी जिस वेले अकाल पुरख वाहिगुरु ने आपी ने आप साजो आपी ने जो नाउ दो ही कुदरत साजिए कर आसन डिठो, जदों अपने आप नूं जिवें असीं मूल मंत्र विच वी पढ़दे हां कि उह परमात्मा ने अपने आप नूं जिहड़ा है पैदा कीता स्वैभंग अपने आप तों प्रगट कीता, छति युग उबार जां बेअंत युग जिहड़े गुबारदे सन, तां उस तों बाद जदों उहनां ने अपने आप नूं होंद विच लियांदा, इंडिविजुअलाइजेशन जदों कीती उहनां ने, तां उस तों बाद उहनां ने कीता पसाओ एको पवाओ तिसते होए लख दरियाओ। वो जो हुक्म दे नाल सारी जिहड़ी सृष्टि पैदा की उस दे विच ही जिहड़ी चीज प्रगट की वह कुदरत सी, ते कुदरत दे प्रगट करन दे नाल ही ये पंज तत् जिहड़े हन वह होंद विच आए। जिवें असीं गल कीती है कि पंज तत् जिवें मिट्टी है, धरती है, आकाश हवा है, पानी है, अग्नि है, तो ये सारियां नूं मिला करके परमात्मा ने सृष्टि की मनुख एग्रीकल्चर बनस्पति वगैरह पहाड़ नदियां सब चीजा जिहड़ियां हन वह प्रगट कीतियां हन। तो जिवें वीर जी ने सवाल किया है कि बाकी तत् ते समझ आउंदे हन, लेकिन ये जो तत् है जिसनों आकाश कहने वह समझ नहीं आता। तो ये इसनों असी समझण दा एक तरीका हैगा कि असी दाल सब्जी रोटी होर चीज़ा जिहड़ियां लैंदे हाँ उन्होंने पकाने वास्ते सानू बर्तन की लोड़ होंदी है। तो ये जिहड़े सारे तत् जिहड़े हन ये उस आकाश रूपी तत् दे विच, आकाश मतलब स्पेस, असी जिवें असी हुणे इत्थे विचार कीता है कि आकाश तो सानू शब्द मिलता है, अगर स्पेस नहीं है तो असी कम्यूनीकेट नहीं कर सकते, असी अपनी गल किसी नूं अगे सुना नहीं सकते क्योंकि हवा नहीं है। तो हवा है तो साडी गल एक दूजे तों दूजी जगह ते पहुँचती है, तो जे किसी जगह तो हवा गायब कर दी जाए तो साडा मूँह हिलदा ही नज़र आएगा, साड़ी जिहड़ी गल है उत्थे तक कम्यूनीकेट नहीं होएगी। तो ये जो आकाश है ये बहुत इंपॉर्टेंट चीज़ है, इसके अंदर ही गैलैक्सीज हैं, ये अंदर ही सारिया सेलेस्टियल बॉडीज हैं और इसके अंदर ही जिहड़ा है वातावरण है। हुण वातावरण जदों असीं देखते हैं भी सवाल पैदा होता है भी इहदी जरूरत की है। ये जिहड़े हैं मैं एक गल होर दस दिया कि ये जो पंज तत् हैं जिहड़े इस्लामी और पछम जिहड़े देश हैं उन्हां दा जिहड़ा साहित है उत्थे उन्हां दे जिहड़े धर्म हैं भाव क्रिश्चियनिटी और जिहड़े इस्लामिक धर्म हैं इस्लाम धर्म है ये चार तत् ही मनते हैं, ये आकाश तत् नूं नहीं मनते। लेकिन जदों असीं इहदी विचार कुछ होर भी मैं आप जी नाल विचार करना चाहना कि गुरबाणी के अंदर होर उथामी कबीर साहब ने भी बाकी गुरु साहबान ने भी इस बारे अपने विचार दिते हैं। अप तेज बाय पृथ्वी आकाशा ऐसी रहत रहो हर पासा, कह कबीर निरंजन त्यावो तित कर जाओ जे बाहर ना आवो। ये शब्द भी दसे हैं, फिर उन्होंने इस जड़े गुण हैं इन्होंने नाल अपने जीवन भी जड़ा है उस नाल मिला करके सानू दसे हैं। ये काफ़ी प्रमाण हैं लेकिन इन्हों के बारे में डिटेल विच मैं नहीं जावांगा, लेकिन ये असी तो एटमोसफीयर की गल करते हैं क्योंकि क्वास क्वेश्चन आकाश का है। तो आकाश के बारे सानू ये सूचना मिलती है कि आकाश का मतलब एक स्पेस है, एक आकाश का मतलब वायुमंडल भी है, एटमोसफीयर जिन्होंने असं कहने। तो ये धरती का वायुमंडल जड़ा है ऐसी गैसा की परत है, आम तौर पर हवा के नाम नाल जाने जाता है। हवा भी अगर फ्लो करनी है जिसनों असी सह लैने हवा पंजा तत्तां चो कहते उसनों भी एक स्पेस की जरूरत है। तो ग्रह धरती के आले दुआले इस स्पेस घूमता है, तो धरती की जो गुरुत्वाकर्षण है इस द्वारा इसनों बरकरार रखा जाता है। धरती का वातावरण के उत्ते जीवन नूं बचाउंदा है क्योंकि अगर तरल जिथे पानी नहीं है जिथे हवा नहीं है उत्थे जिंदगी नहीं हो सकती। तो यह धरती की सतह से मौजूद होंदा पानी और इसलिए दबाव पैंदा है
ਕਹਿੰਦਾ ਹੈ ਕਿ ਇਹ ਧਰਤੀ ਦੇ ਨਾਲ ਹੀ ਜੁੜਿਆ ਰਹੇ। ਤੋਂ ਅਸੀਂ ਆਕਾਰ ਰਾਹੀਂ ਦੇਖਦੇ ਹਾਂ ਕਿ ਇਸ ਵਿੱਚ ਡਰਾਈ ਏਅਰ ਜਿਹੜੀ ਹੈ ਉਹ 78.09% ਹੈ, ਨਾਈਟ੍ਰੋਜਨ 20.95% ਹੈ, ਆਕਸੀਜਨ 0.93%, ਆਰਗਨ ਗੈਸ ਜਿਹੜੀ ਆ 0.4%, ਇਸ ਤਰ੍ਹਾਂ ਕਾਰਬਨ ਡਾਈਆਕਸਾਈਡ ਅਤੇ ਕੁਝ ਹੋਰ ਗੈਸਾਂ ਦੀ ਮਾਤਰਾ ਵੀ ਸ਼ਾਮਿਲ ਹੈ। ਤੋ ਸਭ ਤੋਂ ਜਿਹੜੀ ਸਾਨੂੰ ਇੱਥੇ ਜ਼ਰੂਰੀ ਚੀਜ਼ਾਂ ਇਸ ਐਟਮੋਸਫੀਅਰ ਵਿੱਚ ਸਪੇਸ ਵਿੱਚ ਮਿਲਦੀਆਂ ਹਨ ਉਹ ਸਾਨੂੰ ਮਿਲਦੀ ਹੈ ਕਿ ਹਵਾ ਮਿਲਦੀ ਹੈ ਔਰ ਗੈਸਿਸ ਮਿਲਦੀਆਂ ਹਨ। ਤੋ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਕਾਸ਼ ਇੱਕ ਤਾਂ ਸਪੇਸ ਹੈ ਜਿਹਦੇ ਵਿੱਚ ਸਾਰਾ ਜਿਹੜਾ ਹੈ ਉਹ ਵਰਲਡ ਜਿਹੜਾ ਹੈ ਉਹ ਕ੍ਰੀਏਟ ਹੈ, ਐਗਜ਼ਿਸਟ ਕਰ ਰਿਹਾ ਹੈ, ਔਰ ਇਸ ਦੇ ਨਾਲ ਹੀ ਸਾਨੂੰ ਜੀਵਨ ਵਾਸਤੇ ਜਿਹੜੀਆਂ ਜ਼ਰੂਰੀਆਂ ਗੈਸਿਸ ਹਨ ਉਹ ਵੀ ਸਾਨੂੰ ਇਸ ਧਰਤੀ ਤੋਂ ਉੱਪਰ ਮਿਲਦੀਆਂ ਹਨ। ਧਰਤੀ ਦੇ ਉੱਪਰ ਪਾਣੀ ਹੈ, ਉਹ ਪਾਣੀ ਦੇ ਨਾਲ ਹੀ ਜਿਹੜੀ ਹੈ ਅਗਨੀ ਹੈ, ਬਨਸਪਤੀ ਕਰਕੇ ਅਗਨੀ ਹੈ। ਤੋ ਇਹ ਜਿਹੜੇ ਪੰਜ ਤੱਤ ਹਨ ਇਹਨਾਂ ਦੇ ਵਿੱਚੋਂ ਚਾਰ ਤੱਤ ਸਾਨੂੰ ਧਰਤੀ ਦੇ ਉੱਪਰ ਮਿਲ ਜਾਂਦੇ ਹਨ ਔਰ ਹਵਾ ਦੇ ਵਿੱਚ ਮਿਲਦੇ ਹਨ, ਐਟਮੋਸਫੀਅਰ ਦੇ ਵਿੱਚ, ਉਹ ਪੰਜਵਾਂ ਤੱਤ ਜਿਹੜਾ ਹੈ ਉਹ ਆਕਾਸ਼ ਹੈ, ਸਪੇਸ ਹੈ। ਤੋ ਇਹ ਸਾਨੂੰ ਸਮਝਣਾ ਪਏਗਾ ਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਸੰਸਾਰ ਦੀ ਬਣਤਰ ਵਾਸਤੇ ਔਰ ਸਾਡੀ ਬਣਤਰ ਵਾਸਤੇ। ਆਸ ਹੈ ਸਰ ਗੁਰਦਿਆਲ ਸਿੰਘ ਜੀ ਨੂੰ ਇਹ ਸੂਚਨਾ ਤੋਂ ਲਾਭ ਮਿਲੇਗਾ। ਹੋਰ ਕਿਸੇ ਕੋਲ ਕੋਈ ਸੂਚਨਾ ਹੋਵੇ ਤਾਂ ਉਹ ਵੀ ਐਡ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ, ਧੰਨਵਾਦ ਵੀਰ ਜੀ। ਆਪ ਜੀ ਨੇ ਅਰਬਦ ਨਰਬਦ ਦੁਕਾਰਾ ਤੋਂ ਸ਼ੁਰੂ ਕਰਕੇ ਤੇ ਬੜਾ ਸੁੰਦਰ ਦੱਸਿਆ ਵੀ ਆਕਾਸ਼ ਜੋ ਹੈ ਸਪੇਸ ਹੈ, ਸਪੇਸ ਬਗੈਰ ਕੋਈ ਚੀਜ਼ ਜਿਹੜੀ ਟਿਕ ਨਹੀਂ ਸਕਦੀ, ਉਹਨੂੰ ਟਿਕਾਉਣ ਲਈ ਜ਼ਰੂਰੀ ਹੈ। ਤੋ ਆਪਨੇ ਬੜਾ ਡਿਟੇਲ ਔਰ ਬੜਾ ਵਧੀਆ ਤਰੀਕੇ ਨਾਲ ਸਾਨੂੰ ਸਮਝਾ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਤਸੰਗ ਜੀ, ਗੁਰਬਾਣੀ ਵਿੱਚ ਸਾਡੇ ਹਰ ਕੁਐਸਚਨ ਦਾ ਉੱਤਰ ਹੈ, ਸਿਰਫ ਲੋੜ ਹੈ ਵੀ ਗੁਰਬਾਣੀ ਨੂੰ ਸਮਝਣ ਦੀ, ਔਰ ਗੁਰਬਾਣੀ ਬੜੀ ਅਗਾਧ ਬੋਧ ਹੈ। ਇਹਨੂੰ ਸਮਝਣ ਲਈ ਸਾਨੂੰ ਇੱਕ ਕਮਿਟਮੈਂਟ ਚਾਹੀਦੀ ਹੈ, ਔਰ ਉਹਦੇ ਲਈ ਸਾਨੂੰ ਪੂਰਾ ਇਹ ਨਹੀਂ ਕਿ ਜਿਸ ਤਰ੍ਹਾਂ ਆਮ ਸਾਡੇ ਵਰਗੇ ਲੋਕ ਮੇਰੇ ਵਰਗੇ ਕਰਦੇ ਨੇ ਵੀ ਚਲੋ ਜੀ ਨਿਤਨੇਮ ਦਾ ਪਾਠ ਕਰ ਲਿਆ ਬੜਾ, ਇੰਨਾ ਜ਼ਰੂਰੀ ਨਹੀਂ ਹੈ। ਇਹ ਬਾਣੀ ਜਿਹੜੀ ਹੈ, ਮਹਾਰਾਜ ਬਾਣੀ 'ਚ ਆਖਿਆ ਬਾਣੀ ਬਿਰਲ ਉਹ ਬਿਰਲਾ ਵਿਚਾਰ ਸੀ, ਤੇ ਜਿੱਥੇ ਸਤਿਗੁਰੂ ਦੀ ਕਿਰਪਾ ਹੋਵੇ ਉਹ ਵਿਚਾਰਦਾ, ਤੇ ਬਾਣੀ ਵਿਚਾਰਨ ਦਾ ਹੀ ਵਿਸ਼ਾ, ਔਰ ਇਹਦੇ 'ਚੋਂ ਸਾਨੂੰ ਬੜਾ ਕੁਝ ਲੱਭਦਾ। ਇਹ ਜਿਹੜੀਆਂ ਚੀਜ਼ਾਂ ਸਾਇੰਸ ਅੱਜ ਖੋਜ ਰਹੀ ਹੈ ਉਹ ਮਾਲਕ ਨੇ 5 ਸਦੀਆਂ ਪਹਿਲਾਂ ਹੀ ਸਾਨੂੰ ਸਾਡੀ ਝੋਲੀ 'ਚ ਪਾਈਆਂ ਹੋਈਆਂ ਨੇ, ਪਰ ਲੋੜ ਤਾਂ ਹੈ ਨਾ ਇਸ ਖਜ਼ਾਨੇ ਨੂੰ ਖੋਲ੍ਹ ਕੇ ਦੇਖਣ ਦੀ, ਦੇਖੀਏ। ਤੋ ਜਿਸ ਵੇਲੇ ਇਹੋ ਜਿਹੇ ਸਵਾਲ ਆਉਂਦੇ ਨੇ, ਤੋ ਜ਼ਰੂਰੀ ਗੱਲ ਹੈ ਪੈਨਲ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਇਹਦਾ ਮੈਂ ਜਿਵੇਂ ਬੇਨਤੀ ਕਰਦਾ, ਉਹਨਾਂ ਸਾਨੂੰ ਫਾਇਦਾ ਹੁੰਦਾ ਵੀ ਤੁਹਾਡਾ ਸਵਾਲ ਆਉਂਦਾ ਫਿਰ ਸਾਨੂੰ ਲੱਭਣਾ ਪੈਂਦਾ। ਅਤੇ ਹੁਣ ਇਸ ਸਵਾਲ ਲਈ ਵੀ ਸਾਨੂੰ ਤਜਿੰਦਰ ਸਿੰਘ ਦਾ ਕੁੰਡਾ ਖੜਕਾਉਣਾ ਪਿਆ ਵੀ ਮਸਲਾ ਹੱਲ ਕਰੋ ਤਾਂ ਜੇ ਸਾਡੀ ਸਮਝ ਵਿੱਚ ਆ ਜਾਵੇ। ਧੰਨਵਾਦ ਜੀ।